ਨਰਮਾ ਉਦੋਂ ਵੀ ਨਹੀਂ ਹੋਇਆ ਸੀਗਾ ਜਦੋਂ ਮੱਚਿੱਟੀ ਮੱਖੀ ਦਾ ਬਹੁਤ ਜ਼ਿਆਦਾ ਵੱਡਾ ਹਮਲਾ ਹੋ ਗਿਆ ਸੀ ਨਰਮਾ ਉਦੋਂ ਵੀ ਨਹੀਂ ਹੋਇਆ ਸੀ ਜਦੋਂ ਤੇਲੇ ਵਾਲੀਆਂ ਸਪਰੇਹਾਂ ਦਾ ਗਲਤ ਅਸਰ ਹੋ ਗਿਆ ਸੀ ਨਰਮਾ ਉਦੋਂ ਵੀ ਨਹੀਂ ਹੋਇਆ ਸੀ ਜਦੋਂ ਲੰਬੀਆਂ ਤੇ ਭਰਮੀਆਂ ਬਰਸਾਤਾਂ ਪੈ ਗਈਆਂ ਸੀ ਨਰਮਾ ਉਦੋਂ ਵੀ ਨਹੀਂ ਹੋਇਆ ਸੀਗਾ ਜਦੋਂ ਝੁੱਲਸ ਰੋਗ ਦੀਆਂ ਵੈਲਟਿੰਗ ਦੀਆਂ ਸਮੱਸਿਆਵਾਂ ਆਵਾਜਨ ਦਾ ਬੈਡ ਵੈਦਰ ਬਣਦਾ ਹੈਗਾ ਬੂਖੀਆਂ ਡਿੱਗ ਪੈਂਦੀਆਂ ਹੈਗੀਆਂ 70 ਦਿਨ ਤੋਂ ਲੈ ਕੇ 130 ਦਿਨ ਤੱਕ ਦਾ ਜਿਹੜਾ ਸਮਾਂ ਉਹ ਇਹਦੀ ਜਵਾਨੀ ਤੋਂ ਬੜਾਪੇ ਤੱਕ ਦਾ ਸਫ਼ਰ ਹੈ ਫੱਗੇ ਕੀ ਕਰਾਂਗੇ ਮੈਨੇਜਮੈਂਟ ਕਈ ਵੀਰਾਂ ਦਾ ਦੇਖਦਾ ਹੈਗਾ ਮੈਂ ਇਹ ਜਾੜੋ ਕਾਲੀ ਹੋਈ ਹੁੰਦੀ ਹੈਗੀ ਆ ਬਲਗੁੱਡੀ ਵੀ ਚੱਲ ਰਹੀ ਹੁੰਦੀ ਆ ਤੇ ਉਹਦੇ ਤੇ ਟੀਂਡਾ ਵੀ ਬਣ ਰਿਹਾ ਹੁੰਦਾ ਤਿੰਨ ਤਰ੍ਹਾਂ ਦੀਆਂ ਜਨਰੇਸ਼ਨਾਂ ਉਹ ਪਲਾਂਟ ਦੇ ਉੱਪਰ ਸਰਵਾਈਵ ਕਰਦਾ ਖਰਾਕ ਦੇਣਾ ਤੇ ਆਪਾਂ ਆਪਾਂ ਦੇ ਤੇਲੇ ਵਾਲੀ ਸਪਰੇਅ ਦੇ ਕੋਈ ਹੋਰ ਸਪਰੇਅ ਉਹਨੂੰ ਖਰਾਕ ਦੇਣ ਦੀ ਬਜਾਏ ਉਹਨੂੰ ਦਵਾਈ ਦੇ ਕਿਸਾਨ ਪ੍ਰਭੋ ਸਤਿ ਸ਼੍ਰੀ ਅਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਫੁੱਲ ਬੰਦ ਹੋਏ ਦਿਖਾਈ ਦਿੰਦੇ ਆ ਤੇ ਪਿਛਲੇ ਕੁਝ ਦਿਨਾਂ ਤੋਂ ਫਾਰਮਰ ਚਿੰਤਾ ਦੇ ਵਿੱਚ ਹੈ ਤੇ ਚਿੰਤਾ ਤਾਂ ਚਲੋ ਕਰਨੀ ਚਾਹੀਦੀ ਆ ਪਰ ਡਰਨਾ ਨਹੀਂ ਚਾਹੀਦਾ ਹੈਗਾ ਆਪਣੇ ਘਰੇ ਵੀ ਜਿਹੜਾ ਆਟਾ ਪਿਆ ਕੇ ਰੱਖਿਆ ਪਿਆ ਹੁੰਦਾ ਉਹਦੇ ਕੋਈ ਮੋਹਰ ਨਹੀਂ ਲੱਗੀ ਹੁੰਦੀ ਵੀ ਆਪਾਂ ਉਹ 6 ਮਹੀਨੇ ਖਾਣਾ ਹੈ ਆਪਾਂ 15 ਦਿਨਾਂ ਦਾ ਆਟਾ ਪਿਆ ਕੇ ਰੱਖੀ ਬੈਠੇ ਉਹ ਖਾਣਾ ਜਾਂ ਢੋਲ ਚ ਕਣਕ ਪਈ ਹੈ 12 ਮਹੀਨੇ ਦੀ ਆਪਾਂ ਖਾਣੀ ਹੈ ਤੇ ਨਰਮੇ ਦੀ ਫਸਲ ਦਾ ਵੀ ਕੋਈ ਪਤਾ ਨਹੀਂ ਵੀ ਹੋਊਗੀ ਕਿ ਨਹੀਂ ਹੋਊਗੀ ਪਰ ਜਿਹੜੀਆਂ ਕ੍ਰੌਪ ਪ੍ਰੈਕਟਿਸਾਂ ਪਿਛਲੇ ਵਾਰੀ ਸਫਲ ਰਹੀਆਂ ਗਲਾਬੀ ਸੁੰਡੀ ਦੇ ਦੌਰ ਦੇ ਵਿੱਚ ਵੀ ਜਿੰਨਾ ਕਿਸਾਨ ਦਾ ਨਰਮਾ 20 ਮਣ ਆਇਆ 25 ਆਇਆ 30 ਮਣ ਆਇਆ ਉਹਨਾਂ ਨੂੰ ਮਿਲਿਆ ਕਿਸੇ ਨੇ ਉਹਨਾਂ ਨੂੰ ਕਿਸੇ ਵਿਭਾਗ ਨੇ ਸਰਮਾਨਤ ਕੀਤਾ ਉਹਨਾਂ ਦੀ ਕ੍ਰੌਪ ਪ੍ਰੈਕਟਿਸ ਉਹਨਾਂ ਦੀ ਫਸਲ ਦੇ ਪਾਲਣ ਪੋਚਣ ਦਾ ਤਰੀਕਾ ਸਾਹਮਣੇ ਆਇਆ ਆਪਾਂ ਹਰ ਵਾਰੀ ਯਾਰ ਚਲੋ ਠੀਕ ਹੈ ਧਰਨੇ ਲਾਉਣ ਚ ਸਮਾਂ ਵੀ ਬਰਬਾਦ ਹੁੰਦਾ ਸਰਕਾਰਾਂ ਆਪਣੇ ਕੋਈ ਵੱਡੇ ਪਖਤਾ ਰੂਪ ਦੇ ਵਿੱਚ ਹੱਲ ਹੁਲ ਨਹੀਂ ਕਰਕੇ ਦੇ ਸਕਦੀਆਂ ਹੈਗੀਆਂ ਉਹ ਪਹਿਲੇ ਹੀ ਬਹੁਤ ਵੱਡੇ ਐਂਗਲਾਂ ਦੇ ਉੱਤੇ ਉਲਝੀਆਂ ਹੋਈਆਂ ਉਹਨਾਂ ਨੂੰ ਵੀ ਬਗਾਰਾਂ ਵੱਡੀਆਂ ਗੰਦੀਆਂ ਬਗਾਰਾਂ ਹੈਗੀਆਂ ਹੁਣ ਜਿਹੜੀ ਨਰਮੇ ਦੇ ਉੱਤੇ ਗੁਲਾਬੀ ਸੁੰਡੀ ਤੁਹਾਨੂੰ ਦਿਖਾਈ ਦਿੰਦੀ ਆ ਜਿਹੜਾ ਨਰਮਾ 50 ਦਿਨ ਦਾ ਹੋ ਗਿਆ 55 ਦਿਨ ਦਾ ਹੋ ਗਿਆ 60 ਦਿਨ ਦਾ ਹੋ ਗਿਆ ਕਈਆਂ ਨੇ ਤਾਂ ਪਾਣੀ ਤੱਕ ਵੀ ਨਹੀਂ ਲਾਇਆ ਹੈ ਤਾਂ ਕਿਉਂਕਿ ਬਰਸਾਤਾਂ ਦੇ ਕਰਕੇ ਖੇਤ ਗਿੱਲੇ ਹੋਇਆ ਦੋ ਤਿੰਨ ਵਾਰੀ ਸਿਲਾਈ ਕਰਤੀ ਤੇ ਗੁੜਾਈ ਕਰਤੀ ਨਰਮੇ ਬਹੁਤ ਸੋਹਣੇ ਖੜੇ ਆ ਪਰ ਮੈਂ ਤੁਹਾਨੂੰ ਇੱਕ ਦੱਸ ਦਿਆ ਇੱਕ ਬੇਨਤੀ ਤੁਹਾਡੇ ਨਾਲ ਸਾਂਝੀ ਕਰ ਦਿਆ ਕਿ ਜਾਣਕਾਰੀਆਂ ਹੀ ਆਪਾਂ ਸਾਂਝੀਆਂ ਕਰਦੇ ਆ ਆਪਾਂ 2 ਸਾਲ ਪਹਿਲਾਂ ਨਰਮੇ ਦੀ ਫਸਲ ਦੇ ਨਾਲ ਸੰਬੰਧ ਕਿਤਾਬ ਵੀ ਲਿਖੀ ਸੀ ਕਿਤਾਬ ਲਿਖਣ ਦਾ ਮਤਲਬ ਇਹ ਨਹੀਂ ਜੀਗਾ ਕਿ ਵੀ ਮੈਂ ਤੇ ਬਹੁਤ ਵੱਡਾ ਮੈਨੂੰ ਸਾਰਾ ਕੁਝ ਪਤਾ ਤੇ ਤੁਹਾਨੂੰ ਕੁਝ ਪਤਾ ਨਹੀਂ ਤੁਹਾਨੂੰ ਮੈਂ ਕਿਤਾਬ ਦੇ ਰਿਹਾ ਕਿਤਾਬ ਤੁਸੀਂ ਚਾਹੇ ਫ੍ਰੀ ਚ ਲੈਨੇ ਹੋ ਚਾਹੇ ਤੁਸੀਂ Amazon ਤੋਂ ਖਰੀਦਦੇ ਹੈਗੇ ਹੋ ਤੁਹਾਨੂੰ ਉਹਦਾ ਫਾਇਦਾ ਫੇਰ ਹੀ ਮਿਲਣਾ ਜਦੋਂ ਨਿਚੋੜ ਕੇ ਆਪਦੇ ਖੇਤ ਦੇ ਵਿੱਚ ਤੁਸੀਂ ਉਹ ਸਾਰੇ ਫਾਰਮੂਲੇ ਵਰਤ ਲਏ ਉਸ ਤੋਂ ਬਾਅਦ ਤੁਸੀਂ ਕੋਈ ਕਹਿਣ ਜੋਗੇ ਹੋ ਸਕਦੇ ਹੋ ਵੀ ਸਾਡੇ ਤਾਂ 100 ਦੇ ਵਿੱਚੋਂ ਬਾਈ ਜੀ 80 ਗੱਲਾਂ ਸਹੀ ਆ ਵੀ ਗਲਤ ਵੀ ਰੱਖ ਵੀ ਛੱਡ ਦਿਓ ਅਸੀਂ ਰੱਖ ਲਓ ਸਾਰੀ ਦੁਨੀਆ ਦੇ ਵਿੱਚ ਵੀ ਕ੍ਰੌਪ ਪ੍ਰੈਕਟਿਸ ਐਦਾ ਹੁੰਦੀ ਆ ਇੱਥੋਂ ਦੇ ਸਾਇੰਟਿਸਟ ਹੋਰ ਕੰਟਰੀ 'ਚ ਜਾਂਦੇ ਆ ਸਿੱਖਣ ਵਾਸਤੇ ਹੋਰ ਕੰਟਰੀ ਦੇ ਸਾਇੰਟਿਸਟ ਇੱਥੇ ਆਉਂਦੇ ਹੈਗੇ ਆ ਸਾਡੇ ਪੰਜਾਬ ਦੇ ਸਾਇੰਟਿਸਟ ਆ ਜਿਹੜੇ ਉਤ ਤਜਿਕਿਸਤਾਨ ਦਾ ਨਰਮਾ ਸਟੱਡੀ ਕਰਨ ਦੇ ਲਈ ਗਏ ਹੋਏ ਆ ਪਰ ਆਪਾਂ ਨਰਮਾ ਨੂੰ ਛੱਡਦੇ ਨਹੀਂ ਸਕਦੇ ਨਾ ਮੇਰੇ ਕੋਲੇ 7 ਕਿਲੇ ਨਰਮਾ ਸੀਗਾ 7 ਕਿਲੇ ਨਰਮਾ ਲਾਇਆ ਹੋਇਆ ਹੈਗਾ ਜਿੱਥੇ ਵੀ ਮੇਰੀ ਮਿਹਨਤ ਵਾਧੀ ਹੈ ਲਗਨ ਵਾਧਾ ਧਿਆਨ ਵਾਧਾ ਮੇਰੀ ਪ੍ਰੈਕਟਿਸ ਵਾਧੀ ਅਭਿਆਸ ਵਾਧਾ ਮੈਂ ਕਰਨ ਦੀ ਕੋਸ਼ਿਸ਼ ਕਰਨਾ ਅਗਰ ਮੈਂ ਤਾਂ ਕੋਈ ਬੈਟਰ ਫਾਰਮਰ ਹੈਗਾ ਗੁਜਰਾਤ ਦਾ ਫਾਰਮਰ ਆ 20 25 ਕੁਇੰਟਲ ਕਿਲੇ ਦਾ ਨਰਮਾ ਲੈ ਰਿਹਾ ਹੈਗਾ ਪੰਜਾਬ ਦਾ ਫਾਰਮਰ ਆ ਕੋਈ ਉਹ 12 15 ਕੁਇੰਟਲ ਨਰਮਾ ਲੈ ਰਿਹਾ ਹੈਗਾ ਮੈਂ ਉਹਨੂੰ ਫਾਲੋਅ ਅਪ ਕਰਦਾ ਉਹ ਜਾਣਕਾਰੀ ਉਹ ਮੈਨੂੰ ਰਾਇ ਫ੍ਰੀ ਦੇ ਦੇ ਮੁੱਲ ਦੇ ਦੇ ਕਿਸੇ ਵੀ ਹਾਲਤ ਦੇ ਦੇ ਪਰ ਤੁਸੀਂ ਫ੍ਰੀ ਚ ਲੈ ਕੇ ਬਚਦੇ ਨਹੀਂ ਹੈਗੇ ਪਤਾ ਨਹੀਂ ਕੀ ਪ੍ਰੋਬਲਮ ਆ ਤੁਹਾਨੂੰ ਕੋਈ ਮਿਲ ਦੇ ਦੇ ਤੂੰ ਮੁੱਲ ਦੇ ਦੇ ਤਾਂ ਵੀ ਤੁਸੀਂ ਲੈ ਕੇ ਨਹੀਂ ਬਚਦੇ ਹੈਗੇ ਆਪਾਂ ਪਿਛਲੇ ਕੁਝ ਦਿਨਾਂ ਦੇ ਵਿੱਚ ਕਿਸਾਨਾਂ ਦੇ ਨਾਲ ਗੋਸ਼ਟੀਆਂ ਕੀਤੀਆਂ ਤਾਂ ਮਾਨਸਾਦ ਕੈਂਚੀਆਂ ਦੇ ਬਿਲਕੁਲ ਨਾਲ ਖਿਆਲਾ ਕਲਾ ਪਿੰਡ ਮਲਕਪੁਰ ਖਿਆਲਾ ਇਕੱਠੇ ਇਕੱਠੀ ਸਾਰੇ ਤੇ ਖਿਆਲਾ ਖੁਰ ਇੱਥੇ ਇੱਕ ਆਪਾਂ ਮੀਟਅਪ ਕੀਤਾ ਸਾਰੇ ਉੱਥੇ ਮਿਲਦਾ ਵੀ 40 50 ਕ ਫਾਰਮਰ ਸੀਗੇ ਤੇ ਨਰਮੇ ਦੀ ਫਸਲ ਦੇ ਮਾਨਸਾ ਜ਼ਿਲ੍ਹੇ ਤੋਂ ਫੋਨ ਆਇਆ ਜਿਹੜੇ ਉਹ ਲਗਭਗ 200 ਫੋਨ ਆ ਗਿਆ ਹੋ ਬਾਈ ਜੀ ਬਾਧਗੇ ਮੈਂ ਕਿਹਾ ਵਾਹ ਤੋ ਹੱਲ ਹੋ ਜੂ ਕੀ ਲਾਓਗੇ ਮੂੰਗੀ ਲਾਓਗੇ ਮੂੰਗੀ ਦੀ ਸ਼ੋਰਟੀ ਹੈ ਗਵਾਰਾ ਲਾਓਗੇ ਗਵਾਰੇ ਦੀ ਸ਼ੋਰਟੀ ਹੈ ਐਸ ਤੋਂ ਬਾਅਦ ਝੋਨਾ ਲਾਓਗੇ ਝੋਨੇ ਦੀ ਸ਼ੋਰਟੀ ਹੈ ਝੋਨੇ ਦੇ ਵਿੱਚ ਵੱਡੀਆਂ ਵੱਡੀਆਂ ਸਮੱਸਿਆਵਾਂ ਹੈਗੀਆਂ ਝੋਨੇ ਦੀ ਫਸਲਾ ਤਾਂ 마ੜੇ ਖੇਤ ਦੇ ਵਿੱਚ 마ੜੇ ਪਾਣੀ ਦੇ ਅੰਦਰ ਉਹ 15 ਕੁਇੰਟਲ 20 ਕੁਇੰਟਲ ਹੀ ਰਹਿ ਜਾਂਦੀ ਹੈ ਤੇ ਉਹਦਾ ਮੁੱਲ ਕੀ ਬਣਦਾ 30000 15 18000 ਨਾਲ ਪਲਣੀ ਹੈ 12000 12000 ਦਾ ਨਰਮਾ ਕਿੰਨਾ ਬਣਦਾ 2 ਕੁਇੰਟਲ ਨਰਮਾ ਹੀ ਬਣੂਗਾ ਅੱਜ ਦੇ ਰੇਟ ਦੇ ਮੁਤਾਬਕ ਤਾਂ ਤੇ ਪਰ ਆਪਾਂ ਉਹਨਾਂ ਨਰਮਾ ਵੀ ਨਹੀਂ ਕੱਢ ਸਕਦੇ ਹੈਗੇ ਨਰਵਾ ਉਹਨਾਂ ਖੇਤ ਚ ਤਾਕਤ ਵੀ ਨਹੀਂ ਖਾ ਕੇ ਜਾਂਦਾ ਹੈਗਾ ਪਰ ਮੈਂ ਜਿਹੜੀ ਗੱਲ ਤੇ ਫੋਕਸ ਕਰ ਰਿਹਾ ਹੈਗਾ ਕਿ ਜ਼ਿਮੀਦਾਰ ਕਭਰਾ ਆ ਜਾਂਦੇ ਆ ਜਿਹੜਾ ਕੰਮ ਹੁਣ ਆਪਾਂ ਕਰਨਾ ਸੀ ਪਹਿਲਾ ਕਰਨਾ ਸੀ ਬਜਾਈ ਸਮੇ ਖਾਦਾ ਬਜਾਈ ਕਰਨੀ ਸੀਗੀਆਂ ਜਾਂ ਹੁਣ ਵੀ ਤੁਸੀਂ ਖਾਦਾ ਬਜਾਈ ਕਰ ਸਕਦੇ ਹੋ 12 32 16 ਬਜਾਈ ਕਰ ਲਓ ਕੋਈ ਗੱਲ ਨਹੀਂ ਖਰਚਾ ਹੋਇਆ ਵਿਆ ਨਰਮਾ ਉਦੋਂ ਵੀ ਨਹੀਂ ਹੋਇਆ ਸੀਗਾ ਜਦੋਂ ਮੱਚਿੱਟੀ ਮੱਖੀ ਦਾ ਬਹੁਤ ਜ਼ਿਆਦਾ ਵੱਡਾ ਹਮਲਾ ਹੋ ਗਿਆ ਸੀ ਨਰਮਾ ਉਦੋਂ ਵੀ ਨਹੀਂ ਹੋਇਆ ਸੀ ਜਦੋਂ ਤੇਲੇ ਵਾਲੀਆਂ ਸਪਰੇਹਾਂ ਦਾ ਗਲਤ ਅਸਰ ਹੋ ਗਿਆ ਸੀ ਨਰਮਾ ਉਦੋਂ ਵੀ ਨਹੀਂ ਹੋਇਆ ਸੀ ਜਦੋਂ ਉਹ ਲੰਬੀਆਂ ਤੇ ਭਰਮੀਆਂ ਬਰਸਾਤਾਂ ਪੈ ਗਈਆਂ ਸੀ ਨਰਮਾ ਉਦੋਂ ਵੀ ਨਹੀਂ ਹੋਇਆ ਸੀਗਾ ਜਦੋਂ ਝੁਲਸ ਰੋਗ ਦੀਆਂ ਵੈਲਟਿੰਗ ਦੀਆਂ ਸਮੱਸਿਆਵਾਂ ਬਣ ਜਾਂਦਾ ਬੈਡ ਵੈਦਰ ਬਣਦਾ ਹੈਗਾ ਬੂਕੀਆਂ ਡਿੱਗ ਪੈਂਦੀਆਂ ਹੈਗੀਆਂ ਕਈ ਵਾਰੀ ਗੇਤਾਫਲ ਜਾਦੇ ਸੈੱਟ ਹੁੰਦਾ ਕਈ ਵਾਰੀ ਪਛੇਤਾਫਲ ਜਾਦੇ ਸੈੱਟ ਹੁੰਦਾ ਮੇਰੇ ਖੇਤ 'ਚ ਇਹ 926 ਕਿਸਮ ਲੱਗੀ ਹੋਈ ਹੈ ਉਧਰ 846 ਲੱਗੀ ਹੋਈ ਹੈ ਉਧਰ ਜੀ 170 ਲੱਗਿਆ ਹੋਇਆ ਤੇ ਥੋੜਾ ਜਿਹਾ ਤੇਹਤਰ ਲੱਗਿਆ ਹੋਇਆ ਸੱਤ ਕਿੱਲਾਂ 'ਚ ਮੈਂ ਸੱਤ ਵੈਰੈਟੀਾਂ ਤਾਂ ਮੈਂ ਵੀ ਨਹੀਂ ਵਾੜ ਸਕਦਾ ਹੈਗਾ ਵਾੜ-ਵਾੜ ਕੇ ਦੇਖ ਲਈਆਂ ਪਰ ਜਿਵੇਂ ਆਪਣੇ ਖਿੱਤੇ ਦੇ ਵਿੱਚ ਕੋਈ ਵੈਰੈਟੀ ਕਾਮਯਾਬ ਹੁੰਦੀ ਹੈਗੀ ਆ ਉਹਨੂੰ ਆਪਾਂ ਅੱਗੇ ਲੈ ਜਾਣੇ ਹੈਗੇ ਆ ਪਰ ਜਿਹੜੀ ਗੁਲਾਬੀ ਸੁੰਡੀ ਦੇ ਨਾਲ ਤੁਹਾਡੀ ਮਾਨਸਿਕਤਾ ਕਮਜ਼ੋਰ ਪੈਂਦੀ ਆ ਤੁਹਾਡਾ ਕੌਨਫੀਡੈਂਸ ਦਿਖਦਾ ਹੈਗਾ ਤੁਹਾਡਾ ਹੌਸਲਾ ਕਮਜ਼ੋਰ ਹੁੰਦਾ ਹੈਗਾ ਉਹਨੂੰ ਨਾ ਕਰੋ ਗੁਲਾਬੀ ਸੁੰਡੀ ਨਰਮੇ ਦੇ ਫੀਲਰ ਦਾ ਇੱਕ ਕਾਰਨ ਹੋ ਸਕਦਾ ਨਰਮਾ 10-12 ਕਾਰਨਾ ਕਰਕੇ ਫੇਲ ਹੋ ਜਾਂਦਾ ਆਪਾਂ ਜਿਹੜੀ ਮਿਹਨਤ ਅੱਜ ਕਰਨੀ ਆ 45 ਦਿਨ ਦੇ ਨਰਮੇ ਤੇ 50 ਦਿਨ ਦੇ ਨਰਮੇ ਤੇ ਬਜਾਈਆਂ ਕਰ ਲੋ ਖਾਦਨਾ ਠੀਕ ਹੈ 12 32 16 ਦੇ ਉੱਤੇ ਤੁਸੀਂ ਜਿੰਕ ਪ੍ਰੋ ਕੋਟ ਆਉਂਦਾ ਹੈਗਾ ਉਹਨੂੰ ਉਹਦੇ ਤੇ ਚੜਾਓ ਇੱਕ ਗੱਟਾ 12 32 16 ਦਾ ਤੇ ਜਿੰਕ ਤੁਸੀਂ 400 ਐਮਲ ਦੋਨਾਂ ਨੂੰ ਮਿਕਸ ਕਰੋ ਦੋਨਾਂ ਸਾਈਡਾਂ ਤੇ ਬਜਾਈ ਕਰੋ ਤੇ ਪਾਣੀ ਪਾ ਦਿਓ ਠੀਕ ਹੈ ਯੂਰੀਆ ਕਦੇ ਵੀ ਛੱਟੇ ਨਾਲ ਨਾ ਪਾਓ ਨਰਮੇ ਦੇ ਵਿੱਚ 15 ਕਿਲੋ ਮੋਟਾ ਯੂਰੀਆ ਬੀਜ ਦਿਆ ਕਰੋ ਪਾਣੀ ਤੋਂ ਬਾਅਦ ਜਦੋਂ ਸੀਲਰ ਵਜਦੇ ਹੈਗੇ ਆ ਇਹੋ ਸੀਲਰ ਵੱਜਣੋਂ ਹਟ ਕੇ ਫਿਰ ਉਦੋਂ ਆਪਾਂ ਛੱਟੇ ਨਾਲ ਪਾਵਾਂਗੇ ਤੇ ਸਪਰੇਹਾਂ ਦੇ ਰੂਪ ਵਿੱਚ ਵੀ ਖਰਾਕਾਂ ਫਿਰ ਲਗਾਤਾਰ ਜਾਣੀਆਂ 70 ਦਿਨ ਤੋਂ ਲੈ ਕੇ 130 ਦਿਨ ਤੱਕ ਦਾ ਜਿਹੜਾ ਸਮਾਂ ਉਹ ਇਹਦੀ ਜਵਾਨੀ ਤੋਂ ਵੜਾਪੇ ਤੱਕ ਦਾ ਸਫ਼ਰ ਹੈ ਉਹਦੇ ਵਿੱਚ ਸਾਰੀਆਂ ਖਾਦਾਂ ਆਪਾਂ ਇਹਨੂੰ ਦੇਣੀਆਂ ਵੀ ਆ ਵੱਡੇ ਰੂਪ ਦੇ ਵਿੱਚ ਤਾਂ ਇਹ ਜਾੜ ਰਹੀਂ ਲੈ ਸਕਦਾ ਤੇ ਜੇ ਜਾੜੀ ਨਾ ਹੀ ਬਣੀ ਹੋਈ ਮੈਂ ਤੁਹਾਨੂੰ ਕੋਈ ਵਿਰਲਾ ਜਿਹਾ ਬੂਟਾ ਸੰਗਣਾ ਬੂਟਾ ਪੱਟ ਕੇ ਵੀ ਦਿਖਾ ਦਿੰਨਾ ਹੈਗਾ ਵੀ ਜੇਕਰ ਉਹਦੀ ਜਾੜੀ ਸਹੀ ਤਰੀਕੇ ਨਾਲ ਨਹੀਂ ਬਣੀ ਹੈਗੀ ਤੇ ਫਿਰ ਆਪਾਂ ਉਹਨੂੰ ਅੱਗੇ ਕੀ ਕਰਾਂਗੇ ਮੈਨੇਜਮੈਂਟ ਕਈ ਵੀਰਾਂ ਦਾ ਦੇਖਦਾ ਹੈਗਾ ਮੈਂ ਇਹ ਜਾੜ ਕਾਲੀ ਹੋਈ ਹੁੰਦੀ ਹੈਗੀ ਆ ਬੂਟਾ ਲੱਦ ਫੱਦ ਹੋ ਜਾਂਦਾ ਹੈਗਾ ਬਾਅਦ ਦੇ ਵਿੱਚ ਉਹਨੂੰ ਫੁੱਲ ਵੀ ਡਿੱਗਦੇ ਹੈਗੇ ਜਿਹੜਾ ਮੇਨ ਮੂੰਹ ਆ ਉਹ ਤਾਂ ਜਾੜ ਆ ਉਹਦੇ ਨੇੜੇ ਖਾਦਾ ਹੋਣਗੀਆਂ ਤਾਂ ਉਹਨੇ ਲੈ ਲੈਣੀਆਂ ਹੈਗੀਆਂ ਦੂਰ ਪਈਆਂ ਦਾ ਉਹ ਪੱਥਰ ਬਣ ਜਾਣੀਆਂ ਹੈਗੀਆਂ ਜਾਂ ਅਗਲੀ ਫਸਲ ਨੂੰ ਮਿਲਣੀਆਂ ਜਾਂ ਨਦੀਨ ਖਾ ਜਾਣਗੇ ਤੇ ਜਾਂ ਫਿਰ ਬਾਣ ਪਰ ਪਰ ਕੇ ਬਰਸਾਤਾਂ ਦੇ ਨਾਲ ਜਾਂ ਪਾਣੀਆਂ ਦੇ ਨਾਲ ਪੋਚੇ ਵੱਜਣੇ ਆ ਉਹ ਇਧਰ ਉਧਰ ਹੋ ਜਾਣੀਆਂ ਹੈਗੀਆਂ ਜਿੰਨੀ ਖਰਾਕ ਇਹਦੇ ਕੋਲੇ ਜਾਊਗੀ ਓਨੀ ਜਿਆਦਾ ਲਊਗਾ ਪੱਤਿਆਂ ਦੇ ਰਾਹੀਂ ਫਸਲ ਦੀ ਡੈਕੋਰੇਸ਼ਨ ਹੀ ਹੁੰਦੀ ਆ ਤੁਸੀਂ ਉੱਪਰ ਸਪਰੇਹਾ ਕਰਦੇ ਹੋ ਇੱਕ ਵਾਰ ਪlant ਚੱਲ ਪੈਂਦਾ ਫਿਰ 5-7 ਦਿਨਾਂ ਬਾਅਦ ਖਰਾਕ ਮੰਗਦਾ ਫਿਰ 5-7 ਦਿਨਾਂ ਬਾਅਦ ਖਰਾਕ ਇਹੋ ਜੜਾਂ ਦੇ ਰੂਪ ਵਿੱਚ ਖਰਾਕ ਪਈ ਹੁੰਦੀ ਆ ਉਹ ਮਨਮਰਜ਼ੀ ਨਾਲ ਇੱਕ ਇੱਕ ਸੈਕਿੰਡ ਖਾਂਦਾ ਲੰਬਾ ਟਾਈਮ ਖਾਂਦਾ ਜਿਆਦਾ ਮਾਤਰਾ ਚ ਖਾਂਦਾ ਫੇਰ ਉਹਦਾ ਫਲ ਵੀ ਨਹੀਂ ਡਿੱਗਦਾ ਹੈਗਾ ਤੇ ਫੇਰ ਉਹ ਬੂਟਾ ਕਮਜ਼ੋਰ ਨਹੀਂ ਪੈਂਦਾ ਜਿਹੜੀ ਵੇਲਟਿੰਗ ਦੀ ਸਮੱਸਿਆ ਉਹ ਵੀ ਇੱਕ ਖਰਾਕ ਦੀ ਕਮੀ ਕਰ ਨਹੀਂ ਹੈਗੀ ਆ ਕਿ ਜਦੋਂ ਬੂਟਾ ਵੱਡਾ ਹੋ ਜਾਂਦਾ ਹੈਗਾ ਉਹਦੀ ਗ੍ਰੋਥ ਵੀ ਚੱਲ ਰਹੀ ਹੁੰਦੀ ਆ ਉਹ ਤੇ ਫੁੱਲ ਗੁੱਡੀ ਵੀ ਚੱਲ ਰਹੀ ਹੁੰਦੀ ਆ ਤੇ ਉਹਦੇ ਤੇ ਟੀਂਡਾ ਵੀ ਬਣ ਰਿਹਾ ਹੁੰਦਾ ਤਿੰਨ ਤਰ੍ਹਾਂ ਦੀਆਂ ਜਨਰੇਸ਼ਨਾਂ ਉਹ ਪਲਾਂਟ ਦੇ ਉੱਪਰ ਸਰਵਾਈਵ ਕਰਦਾ ਖਰਾਕ ਦੇ ਨਾਲ ਤੇ ਆਪਾਂ ਆਪਾਂ ਦੇ ਤੇਲੇ ਵਾਲੀ ਸਪਰੇ ਦੇ ਕੋਈ ਹੋਰ ਸਪਰੇ ਉਹਨੂੰ ਖਾराक ਦੇਣ ਦੀ بجائے ਉਹਨੂੰ ਦਵਾਈ ਦਿੰਨੇ ਆ ਮਤਲਬ ਗਰਮੀ ਦੇ ਵਿੱਚ ਜੇ ਕੋਈ ਕਿਸੇ ਬੰਦੇ ਨੂੰ ਕੋਈ ਬਿਮਾਰੀ ਹੋ ਜੇ ਤਾਂ ਉਹਨੂੰ ਹਲਕਾ ਭੋਜਨ ਦਿੰਨੇ ਤੇ ਜੇ ਜਮਾ ਹੀ ਭੋਜਨ ਬੰਦ ਕਰ ਦੇਗੇ ਫਿਰ ਗਲੂਕੋਜ਼ ਵੀ ਨਾ ਦਈਏ ਉਹਨੂੰ ਫਿਰ ਉਹਦਾ ਬਚਣਾ ਹੋਰ ਵੀ ਮੁਸ਼ਕਲ ਹੋ ਸਕਦਾ ਹੈਗਾ ਸੋ ਗੁਲਾਬੀ ਸੁੰਡੀ ਦੇ ਨਾਲ ਜਿਹੜਾ ਅਜ ਦੇ ਸਮੇ ਹੈਗਾ ਕੋਈ ਗੱਲ ਨਹੀਂ ਨਾ ਘਬਰਾਓ ਮੋਨੀਟਰਿੰਗ ਰੱਖੋ ਆਪਾਂ ਜਿਉਂ ਹੀ ਸਪਰੇਹਾਂ ਕਰਾਂਗੇ ਉਹਦੀਆਂ ਸਾਰੀਆਂ ਡਿਟੇਲ ਤੁਹਾਡੇ ਤੁਹਾਡੇ ਸਾਹਮਣੇ ਆਉਣਗੀਆਂ ਨਰਮਾ ਵਾਉਣ ਦੀ ਗੁਲਾਬੀ ਸੁੰਡੀ ਤੋਂ ਪਰਹੇਜ਼ ਕਰਕੇ ਲੋੜ ਨਹੀਂ ਨਰਮਾ ਬਿਰਲਾ ਕਰਨਾ ਦਾਦਾ ਲਾੜ ਤਕਨੀਕ ਹੈਗੀ ਹੈ ਨਰਮੇ ਦੇ ਸਾਈਡਾਂ ਦੇ ਉੱਤੋਂ ਤਰਸ਼ੂਲ ਦੇ ਰੂਪ ਜਿਹੜੀਆਂ ਬ੍ਰਾਂਚਾਂ ਬਾਹਰ ਨਿਕਲਦੀਆਂ ਹੈਗੀਆਂ ਜਿਹੜੀਆਂ ਇਹਦਾ ਭੋਜਨ ਖਾਂਦੀਆਂ ਤੁਹਾਨੂੰ ਫਰੂਟ ਘਟ ਦਿੰਦੀਆਂ ਹੈਗੀਆਂ ਜਾਂ ਨਰਮਾ ਕੱਦ ਘਟ ਕਰਦਾ ਹੈਗਾ ਦਾਦਾ ਲਾੜ ਤਕਨੀਕ ਦੀ ਇੱਕ ਸਪੈਸ਼ਲ ਵੀਡੀਓ ਕਰਾਂਗੇ ਆਪਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਸਮਝ ਲਿਆ ਕਰੋ ਹਾਜਮ ਕਰ ਲਿਆ ਕਰੋ ਪਚਾ ਲਿਆ ਕਰੋ ਵਰਤ ਲਿਆ ਕਰੋ ਤੇ ਹੋਰਾਂ ਨੂੰ ਵੀ ਦੱਸ ਦਿਆ ਕਰੋ ਗਵਾਂਡੀ ਨੂੰ ਦੱਸ ਕੇ ਥੋੜਾ ਜਿਹਾ ਬਚ ਲਿਆ ਕਰੋ ਬਹੁਤੇ ਵੀ ਰੇਸ਼ੇ ਕਰਕੇ ਨਹੀਂ ਸ਼ੇਅਰ ਕਰਦੇ ਵੀ ਸਾਡੇ ਤਾਂ ਯਾਰ ਫਲਾਣੇ ਬੰਦੇ ਨੂੰ ਪਤਾ ਲੱਗ ਜੂ ਜੇ ਮੈਂ ਸ਼ੇਅਰ ਕਰਤੀ ਕੋਈ ਗੱਲ ਨਹੀਂ ਜਿੱਦਾਂ ਚੱਕਰ ਸਾਨੂੰ ਇੱਕ ਬੰਦਾ ਵੀ ਫੇਸਬੁੱਕ YouTube ਤੇ ਦੇਖ ਰਿਹਾ ਹੈਗਾ ਆਪਾਂ ਲਗਾਤਾਰ ਉਸੇ ਤਰੀਕੇ ਦੇ ਨਾਲ ਉਨੀ એનર્ਜੀ ਦੇ ਨਾਲ ਵੀਡੀਓ ਬਣਾਉਂਦੇ ਰਾਂਗੇ ਸਾਰੇ ਵੀਰਾਂ ਨੂੰ ਧੰਨਵਾਦ ਥੈਂਕ ਯੂ